ਗਾਇਜ਼ ਵੈਲਕਮ ਟੂ ਦ ਚੈਨਲ ਜੀ। ਸਭ ਤੋਂ ਪਹਿਲਾਂ ਥੈਂਕ ਯੂ ਯਾਰ ਬਹੁਤ ਬਹੁਤ ਸਾਰਿਆਂ ਦਾ ਸਪੋਰਟ ਕਰਨ ਵਾਸਤੇ, ਸਬਸਕ੍ਰਾਈਬ ਕਰਨ ਵਾਸਤੇ ਚੈਨਲ। ਬਹੁਤ ਲੋਕਾਂ ਦੇ ਈਮੇਲਸ ਆਉਂਦੇ ਨੇ, ਕੁਐਸਚਨਸ ਆਉਂਦੇ ਨੇ ਫਿਟਨੈਸ ਰਿਗਾਰਡਿੰਗ, ਟਰਾਈ ਕਰਦਾ ਹਰ ਇੱਕ ਨੂੰ ਰਿਪਲਾਈ ਕਰ ਸਕਾਂ। ਸੋ ਅੱਜ ਗੱਲ ਕਰਦੇ ਹਾਂ ਜੀ ਫੈਟ ਲੋਸ ਦੇ ਉੱਤੇ। ਬਹੁਤ ਸਾਰੇ ਲੋਕ ਫੈਟ ਲੋਸ ਕਰਨਾ ਚਾਹੁੰਦੇ ਨੇ, ਜਾਂ ਪਾਸ ਦੇ ਵਿੱਚ ਕੀਤਾ ਸੀ, ਰਿਜ਼ਲਟਸ ਨਹੀਂ ਆਏ, ਜਾਂ ਪਤਾ ਨਹੀਂ ਕਿੱਥੋਂ ਸ਼ੁਰੂ ਕਰੀਏ। ਸੋ ਥੋੜ੍ਹੀ ਜਿਹੀ ਅੱਜ ਇਹਦੇ ਬਾਰੇ ਗੱਲ ਕਰਦੇ ਹਾਂ। ਵੀਡੀਓ ਨੂੰ ਐਂਡ ਤੱਕ ਦੇਖਿਓ ਤਾਂ ਕਿ ਮੈਂ ਤੁਹਾਨੂੰ ਪ੍ਰੋਪਰਲੀ ਸਮਝਾ ਸਕਾਂ ਕਿਵੇਂ ਆਪਾਂ ਇੱਕ ਪ੍ਰੋਪਰ ਫੈਟ ਲੋਸ ਪ੍ਰੋਗਰਾਮ ਨੂੰ ਕੰਪਲੀਟ ਕਰ ਸਕਦੇ ਹਾਂ। ਸੋ ਸਭ ਤੋਂ ਪਹਿਲੀ ਚੀਜ਼, ਜਦੋਂ ਤੁਸੀਂ ਇੱਕ ਫੈਟ ਲੋਸ ਕਰਨਾ, ਤੁਹਾਡੇ ਕੋਲ ਇੱਕ ਟ੍ਰੇਨਿੰਗ ਪ੍ਰੋਗਰਾਮ ਹੋਣਾ ਜ਼ਰੂਰੀ ਆ। ਟ੍ਰੇਨਿੰਗ ਪ੍ਰੋਗਰਾਮ ਮੀਨਸ ਤੁਸੀਂ ਜਿੰਮ ਜਾ ਰਹੇ ਹੋ, ਤੁਹਾਡੇ ਕੋਲ ਇੱਕ ਐਕਸਰਸਾਈਜ਼ ਪਲਾਨ ਹੋਣਾ ਜ਼ਰੂਰੀ ਹੈ। ਐਕਸਰਸਾਈਜ਼ ਪਲਾਨ ਤੁਹਾਡੀਆਂ, ਹੁਣ ਐਕਸਰਸਾਈਜ਼ ਕਿਵੇਂ ਹੋਣਗੀਆਂ ਡਿਪੈਂਡ ਕਰਦਾ ਤੁਹਾਡੇ ਲੈਵਲ ਕੀ ਹੈ, ਬਟ ਮੇਰੇ ਓਪੀਨੀਅਨ ਦੇ ਵਿੱਚ ਹਾਈ ਇੰਟੈਂਸਿਟੀ ਵਰਕਆਊਟ, ਜਿਵੇਂ ਕਿ ਆਪਾਂ ਜੇ 5 ਸੈੱਟ ਲਾ ਰਹੇ ਹਾਂ ਕਿਸੇ ਐਕਸਰਸਾਈਜ਼ ਦੇ, ਤਾਂ ਉਸ ਵਿੱਚ ਰੈਸਟ ਪੀਰੀਅਡ ਘੱਟ ਹੋਣਾ ਚਾਹੀਦਾ ਤਾਂ ਕਿ ਆਪਣੀ ਇੰਟੈਂਸਿਟੀ ਹਾਈ ਰਹੇ, ਆਪਣੇ ਹਾਰਟ ਬੀਟ ਬਹੁਤ ਹਾਈ ਰੇਟ 'ਤੇ ਪੰਪ ਕਰੇ, ਆਪਾਂ ਕੈਲਰੀਜ ਬਹੁਤ ਜ਼ਿਆਦਾ ਬਰਨ ਕਰੀਏ। ਰੈਪੂਟੇਸ਼ਨਸ ਡਿਪੈਂਡ ਕਰਦੀਆਂ ਨੇ ਕਿੰਨੇ ਤੁਸੀਂ ਰੈਪ ਲਾ ਸਕਦੇ ਹੋ, ਬਟ ਮੈਂ ਰੈਕਮੈਂਡ ਕਰੂੰਗਾ 15-20-25 ਰੈਪ, ਇਸ ਰੇਂਜ ਦੇ ਵਿੱਚ ਬੰਦੇ ਨੂੰ ਰਹਿਣਾ ਚਾਹੀਦਾ, ਨਾ ਕਿ ਆਪਾਂ ਹੈਵੀ 2-3-4-6 ਰੈਪ। ਹੈਵੀ ਵੇਟ ਕਰੋਗੇ ਤੁਹਾਡੀ ਸਟਰੈਂਥ ਵਧੂਗੀ, ਬਟ ਤੁਸੀਂ ਫੈਟ ਲੋਸ ਨਹੀਂ ਕਰ ਪਾਓਗੇ ਪ੍ਰੋਪਰਲੀ। ਬਟ ਜੇ ਤੁਸੀਂ ਹਾਈ ਇੰਟੈਂਸਿਟੀ ਕਰ ਰਹੇ ਹੋ, ਰੈਸਟ ਪੀਰੀਅਡ ਵੀ ਘੱਟ ਆ, ਸੈੱਟ ਵੀ 4-5 ਨੇ, ਉੱਥੋਂ ਰੈਪੂਟੇਸ਼ਨ ਬਹੁਤ ਜ਼ਿਆਦਾ ਹਾਈ ਨੇ, ਤੁਹਾਡਾ ਫੈਟ ਲੋਸ ਪ੍ਰੋਗਰਾਮ ਬਹੁਤ ਵਧੀਆ ਅਤੇ ਬਹੁਤ ਪ੍ਰੋਪਰ ਵੇ ਨਾਲ ਹੋਊਗਾ। ਆਪਣੀ ਟ੍ਰੇਨਿੰਗ ਨੂੰ ਮਿਕਸ ਕਰਦੇ ਰਹੋ। ਆਪਾਂ ਕੀ ਕਰਦੇ ਹਾਂ, ਆਪਾਂ ਵੇਟ ਇੱਕੋ ਹੀ ਪਿੱਕ ਕਰ ਲੈਂਦੇ, ਜੇ ਆਪਾਂ ਹੈਵੀ ਆ ਤਾਂ ਆਪਾਂ ਹੈਵੀ ਸਾਰਾ ਸਾਲ ਲਾਈ ਜਾਂਦੇ ਹਾਂ। ਜਦੋਂ ਤੁਸੀਂ ਇੱਕ ਪ੍ਰੋਗਰਾਮ ਫੋਲੋ ਕਰ ਰਹੇ ਹੋ, ਤੁਹਾਨੂੰ ਐਕਸਰਸਾਈਜ਼ ਸਵਿੱਚ ਕਰਨੀਆਂ ਪੈਂਦੀਆਂ ਨੇ, ਮਤਲਬ ਕਿ 2-3 ਹਫ਼ਤਿਆਂ ਬਾਅਦ 'ਚ ਤੁਹਾਨੂੰ ਉਹਦੀ ਐਕਸਰਸਾਈਜ਼ ਪਲਾਨ ਚੇਂਜ ਕਰਨਾ ਪੈਂਦਾ। ਟ੍ਰੇਨਿੰਗ ਚੇਂਜ ਕਰ ਸਕਦੇ ਹੋ, ਵੇਟ ਹੈਵੀ ਵੀ ਲਾ ਸਕਦੇ ਹੋ, ਮਤਲਬ ਕਿ ਹੈਵੀ ਇਨ ਦਾ ਸੈਂਸ ਵੀ ਜਿਹਦੇ ਤੁਸੀਂ 12-15 ਰੈਪ ਕਰ ਸਕੋ, ਲਾਈਟ ਵੀ ਕਰ ਸਕਦੇ ਹੋ 20-25-30 ਰੈਪ ਵੀ ਕਰ ਸਕਦੇ। ਸੋ ਮਿਕਸਅਪ ਕਰੋ ਆਪਦੀ ਟ੍ਰੇਨਿੰਗ ਨੂੰ, ਤਾਂ ਕਿ ਤੁਹਾਡੀ ਬਾਡੀ ਨੂੰ ਇੱਕ ਨਵੀਂ ਚੀਜ਼ ਮਿਲਦੀ ਰਹੇ, ਸ਼ੌਕ ਮਿਲਦਾ ਰਹੇ, ਅਤੇ ਤੁਹਾਨੂੰ ਰਿਜ਼ਲਟਸ ਆਉਂਦੇ ਰਹਿਣ। ਵੀਕ ਬਾਏ ਵੀਕ ਆਪਦੀ ਟ੍ਰੇਨਿੰਗ ਨੂੰ ਵਧਾਉਂਦੇ ਰਹੋ। ਜਿੱਥੇ ਤੁਸੀਂ ਲਾ ਰਹੇ ਹੋ, ਜੋ ਵੇਟ ਤੁਸੀਂ ਚੱਕ ਲਿਆ, ਜਾਂ ਜਿੰਨਾ ਵੀ ਤੁਸੀਂ ਟ੍ਰੇਨਿੰਗ, ਜੋ ਤੁਹਾਡੀ ਇੰਟੈਂਸਿਟੀ ਹੈਗੀ ਹੈ, ਉਦੋਂ ਥੱਲੇ ਨਹੀਂ ਆਉਣਾ, ਉਦੋਂ ਉੱਤੇ ਜਾਣਾ ਹੈ ਵੀਕ ਬਾਏ ਵੀਕ, ਤਾਂ ਕਿ ਤੁਹਾਡੀ ਬਾਡੀ ਨੂੰ ਚੇਂਜ ਮਿਲਦਾ ਰਹੇ। ਨੰਬਰ 2 ਜੋ ਸਭ ਤੋਂ ਜ਼ਰੂਰੀ ਹੈ, ਜਿਸ ਵਿੱਚ ਬਹੁਤ ਜ਼ਿਆਦਾ ਲੋਕ ਫੇਲ ਹੁੰਦੇ ਨੇ, ਟ੍ਰੇਨਿੰਗ ਸਭ ਤੋਂ ਈਜ਼ੀ ਪਾਰਟ ਆ, ਬਟ ਸਭ ਤੋਂ ਔਖਾ ਪਾਰਟ ਹੈਗਾ ਡਾਇਟ ਫੋਲੋ ਕਰਨਾ। ਸੋ ਤੁਹਾਡੇ ਕੋਲ ਇੱਕ ਡਾਇਟ ਪਲਾਨ ਪ੍ਰੋਪਰ ਹੋਣਾ ਚਾਹੀਦਾ। ਡਿਪੈਂਡ ਕਰਦਾ ਹੁਣ ਤੁਸੀਂ ਕਿਹੜੀ ਡਾਇਟ ਫੋਲੋ ਕਰ ਰਹੇ ਹੋ, ਚਾਹੇ ਤੁਸੀਂ ਲੋਅ ਕਾਰਬ ਕਰ ਰਹੇ ਹੋ, ਚਾਹੇ ਤੁਸੀਂ ਕੀਟੋ ਕਰ ਰਹੇ ਹੋ, ਚਾਹੇ ਤੁਸੀਂ ਇੰਟਰਮੀਡੀਏਟ ਫਾਸਟਿੰਗ ਕਰ ਰਹੇ, ਇਹ ਡਿਪੈਂਡ ਕਰਦਾ ਤੁਹਾਡੇ 'ਤੇ। ਬਟ ਮੈਂ ਪ੍ਰੈਫਰ ਕਰੂੰਗਾ ਲੋਅ ਕਾਰਬ ਡਾਇਟ, ਮੈਨੂੰ ਬਹੁਤ ਵਧੀਆ ਰਿਜ਼ਲਟਸ ਆਉਂਦੇ ਨੇ, ਜਾਂ ਮੇਰੇ ਕਲਾਇੰਟਸ ਨੂੰ ਜਾਂ ਮੇਰੇ ਫਰੈਂਡਸ ਨੂੰ ਜਿਨ੍ਹਾਂ ਨੂੰ ਮੈਂ ਡਾਇਟ ਪਲਾਨ ਦਿੱਤਾ ਵਾ, ਬਹੁਤ ਵਧੀਆ ਰਿਜ਼ਲਟਸ ਆਉਂਦੇ ਨੇ। ਡਾਇਟ ਪਲਾਨ ਤੁਹਾਡਾ ਬਣਦਾ ਤੁਹਾਡੀ ਮੇਨਟੇਨੈਂਸ ਕੈਲਰੀ ਨੂੰ ਨੋਟ ਰੱਖ ਕੇ, ਜਿਵੇਂ ਕਿ ਮੇਰੀ ਮੇਨਟੇਨੈਂਸ ਕੈਲਰੀ 2500 ਕੈਲਰੀ ਆ, ਮਤਲਬ ਕਿ ਮੈਨੂੰ 2500 ਕੈਲਰੀ એનર્ਜੀ ਫੂਡ 'ਚੋਂ ਚਾਹੀਦੀ ਆ ਸਾਰੇ ਦਿਨ ਦੇ ਵਿੱਚ ਮੇਰੀ ਬਾਡੀ ਨੂੰ ਕੰਮ ਕਰਨ ਵਾਸਤੇ। ਹੁਣ ਜੇ ਮੈਂ ਫੈਟ ਲੋਸ ਕਰਨਾ ਵਾ ਤਾਂ ਮੈਂ 500 ਕੈਲਰੀ ਡੈਫਿਸਿਟ 'ਚ ਚਲਾ ਜਾਊਂਗਾ, ਮਤਲਬ ਕਿ ਮੇਰਾ ਡਾਇਟ ਪਲਾਨ 2000 ਕੈਲਰੀ ਦਾ ਹੋਊਗਾ। ਜਿਸ ਦਿਨ ਮੇਰਾ ਫੈਟ ਲੋਸ ਪ੍ਰੋਪਰ ਹੋਊ ਤਾਂ ਮੈਨੂੰ ਰਿਜ਼ਲਟਸ ਆਉਣਗੇ। ਬਹੁਤ ਸਾਰੇ ਲੋਕ ਇਹ ਸੋਚਦੇ ਵੀ ਆਪਾਂ ਨੂੰ ਚੀਟ ਮੀਲਸ ਐਡ ਕਰਨੀਆਂ ਚਾਹੀਦੀਆਂ ਨੇ, ਗਲਤ ਆ। ਜਦੋਂ ਤੁਸੀਂ ਚੀਟ ਮੀਲ ਐਡ ਕਰਦੇ ਤੁਹਾਡਾ ਵੇਟ ਦੁਬਾਰਾ ਤੋਂ ਗੇਨ ਹੋ ਜਾਂਦਾ। ਸੋ ਤੁਸੀਂ ਨੋਟ ਕਰੋਗੇ, ਜਦੋਂ ਵੀ ਤੁਸੀਂ ਵੀਕ ਦੇ ਐਂਡ ਦੇ ਵਿੱਚ ਇੱਕ ਚੀਟ ਮੀਲ ਲਓਗੇ ਤਾਂ ਮੰਡੇ ਨੂੰ ਜਾ ਕੇ ਜੇ ਤੁਸੀਂ ਵੇਟ ਵੀ ਚੈੱਕ ਕਰੋ, ਤੁਹਾਡਾ 200-300 ਗ੍ਰਾਮ ਵੱਧ ਜਾਣਾ। ਸੋ ਫੈਟ ਲੋਸ ਦੇ ਵਿੱਚ ਚੀਟ ਮੀਲਸ ਜਿੰਨਾ ਟਾਈਮ ਵੀ ਤੁਹਾਡਾ ਪ੍ਰੋਗਰਾਮ ਚੱਲ ਰਿਹਾ, ਤੁਸੀਂ ਬਿਲਕੁਲ ਵੀ ਐਡ ਨਾ ਕਰੋ। ਮੇਰੇ ਓਪੀਨੀਅਨ ਦੇ ਵਿੱਚ ਲੋਅ ਕਾਰਬ ਡਾਇਟ ਸਭ ਤੋਂ ਵਧੀਆ ਵਾ, ਈਜ਼ੀ ਆ, ਤੁਸੀਂ ਇੱਕ ਈਜ਼ੀਲੀ ਫੋਲੋ ਕਰ ਸਕਦੇ ਹੋ, ਉਹਦਾ ਇੱਕ ਲਾਈਫ ਸਟਾਈਲ ਬਣਾ ਸਕਦੇ ਹੋ। ਸੋ ਬਾਕੀ ਡਿਪੈਂਡ ਕਰਦਾ ਤੁਹਾਡੇ 'ਤੇ ਕਿਹੜਾ ਕੰਮ ਕਰਦਾ, ਪਰ ਡਾਇਟ ਜ਼ਰੂਰੀ ਆ। ਟ੍ਰੇਨਿੰਗ ਸਭ ਤੋਂ ਈਜ਼ੀ ਪਾਰਟ, ਹਰ ਕੋਈ ਟ੍ਰੇਨਿੰਗ ਕਰ ਸਕਦਾ, ਬਟ ਡਾਇਟ ਫੋਲੋ ਕਰਨਾ ਸਭ ਤੋਂ ਔਖਾ ਵਾ। ਟ੍ਰੇਨਿੰਗ ਅਤੇ ਡਾਇਟ ਪਲਾਨ ਤੋਂ ਬਾਅਦ ਜੋ ਤੀਜੀ ਚੀਜ਼ ਸਭ ਤੋਂ ਜ਼ਰੂਰੀ ਹੈ ਫੈਟ ਲੋਸ ਵਾਸਤੇ, ਕਾਰਡੀਓ। ਬਹੁਤ ਸਾਰੇ ਲੋਕ ਕਾਰਡੀਓ ਨਹੀਂ ਕਰਦੇ ਹੈਗੇ ਵੇਟ ਟ੍ਰੇਨਿੰਗ ਤੋਂ ਬਾਅਦ, ਜਾਂ ਆਪਾਂ ਵੇਟ ਟ੍ਰੇਨਿੰਗ ਤੋਂ ਪਹਿਲਾਂ ਕਰ ਲੈਂਦੇ ਹਾਂ। ਡਿਪੈਂਡ ਕਰਦਾ ਤੁਹਾਨੂੰ ਕਿਵੇਂ ਠੀਕ ਲੱਗਦਾ, ਪਰ ਮੈਂ ਰੈਕਮੈਂਡ ਕਰਦਾ ਵੀ ਜਦੋਂ ਤੁਸੀਂ ਵੇਟ ਟ੍ਰੇਨਿੰਗ ਖਤਮ ਕਰ ਲਈ, ਉਦੋਂ ਬਾਅਦ 'ਚੋਂ ਆਪਦਾ ਕਾਰਡੀਓ 10-15 ਮਿੰਟ ਕਰ ਸਕਦੇ ਹੋ। ਹੁਣ ਇਹ ਕਿਸੇ ਤਰ੍ਹਾਂ ਦਾ ਵੀ ਹੋ ਸਕਦਾ, ਟ੍ਰੈਡਮਿਲ 'ਤੇ ਕਰ ਸਕਦੇ ਹੋ, ਜਾਂ ਬਾਹਰ ਤੁਸੀਂ ਰਨਿੰਗ ਕਰ ਸਕਦੇ ਹੋ, ਐਲਿਪਟੀਕਲਸ ਕਰ ਸਕਦੇ ਹੋ, ਸਾਈਕਲਿੰਗ ਕਰ ਸਕਦੇ ਹੋ, ਬਟ ਕਾਰਡੀਓ ਜ਼ਰੂਰ ਕਰੋ। ਜੋ ਵੀ ਤੁਹਾਡਾ ਕਾਰਡੀਓ ਇੱਕ ਪਹਿਲੇ ਵੀਕ ਦੇ ਵਿੱਚ ਹੈਗਾ ਵਾ, ਉਦੋਂ ਥੱਲੇ ਨਹੀਂ ਜਾਣਾ, ਉਦੋਂ ਇੱਕ ਪੁਆਇੰਟ ਉੱਤੇ ਜਾਣਾ, ਮਤਲਬ ਕਿ ਇੰਟੈਂਸਿਟੀ ਤੁਸੀਂ ਵਧਾਉਣੀ ਆ, ਤਾਂ ਕਿ ਤੁਹਾਨੂੰ ਵੀਕ ਬਾਏ ਵੀਕ ਰਿਜ਼ਲਟਸ ਆਉਂਦੇ ਰਹਿਣ। ਸੋ ਕਾਰਡੀਓ ਨੂੰ ਜ਼ਰੂਰ ਐਡ ਕਰੋ। ਜੇ ਤੁਸੀਂ ਐਮਟੀ ਸਟਮਕ ਕਾਰਡੀਓ ਕਰ ਸਕਦੇ ਹੋ ਤਾਂ ਉਹਦੇ ਵਰਗੀ ਵਧੀਆ ਚੀਜ਼ ਨਹੀਂ, ਕਿਉਂਕਿ ਸਭ ਤੋਂ ਬੈਸਟ ਵੇ ਆ ਉਹ ਫੈਟ ਲੋਸ ਕਰਨ ਵਾਸਤੇ। ਜੇ ਤੁਸੀਂ ਵੀਡੀਓ ਨਹੀਂ ਦੇਖੀ, ਮੈਂ ਐਂਡ ਦੇ ਵਿੱਚ ਲਿੰਕ ਪਾ ਦੂੰਗਾ, ਤੁਸੀਂ ਵੀਡੀਓ ਦੇਖ ਸਕਦੇ ਹੋ। ਚੌਥੀ ਚੀਜ਼ ਜੋ ਆਪਾਂ ਸਾਰੇ ਸਭ ਤੋਂ ਜ਼ਰੂਰੀ ਸਮਝਦੇ ਹਾਂ, ਸਪਲੀਮੈਂਟਸ, ਵੀ ਸਪਲੀਮੈਂਟਸ ਨਾਲ ਰਿਜ਼ਲਟਸ ਆਉਂਦੇ ਨੇ। ਸਪਲੀਮੈਂਟ ਹਮੇਸ਼ਾ ਯਾਦ ਰੱਖੋ ਐਡ ਆਉਣ ਆ, ਮਤਲਬ ਕਿ ਜੇ ਤੁਸੀਂ ਤੁਹਾਡੀ ਟ੍ਰੇਨਿੰਗ ਪ੍ਰੋਗਰਾਮ ਬਹੁਤ ਸਹੀ ਆ, ਤੁਹਾਡਾ ਡਾਇਟ ਪਲਾਨ ਪ੍ਰੋਪਰ ਆ, ਤੁਸੀਂ ਉਹਨੂੰ ਫੋਲੋ ਕਰ ਰਹੇ ਹੋ, ਉਹਦਾ ਆਪਦੇ ਲੈ
ਤੁਹਾਨੂੰ ਕੋਈ ਫੈਟ ਬਰਨਰ ਦੀ ਲੋੜ ਨਹੀਂ ਹੈਗੀ, ਕੋਈ ਮੈਜਿਕ ਪਿੱਲ ਨਹੀਂ ਆਉਂਦੀ, ਕੋਈ ਬੈਲਟ ਨਹੀਂ ਆਉਂਦੀ, ਕੋਈ ਐਸੀ ਚੀਜ਼ ਨਹੀਂ ਆਉਂਦੀ ਜੋ ਤੁਹਾਡਾ ਫੈਟ ਲੋਸ ਬੈਠੇ ਬੈਠੇ ਕਰ ਸਕੇ। ਸਿਰਫ ਹਾਰਡ ਵਰਕ ਆ, ਮਿਹਨਤ ਆ, ਟਾਈਮ ਕੱਢ ਕੇ ਆਪਦੀ ਬੋਡੀ ਵਾਸਤੇ ਤੁਹਾਨੂੰ ਜਿੰਮ ਜਾਣਾ ਹੀ ਪੈਣਾ, ਕਾਰਡੀਓ ਵੀ ਕਰਨੀ ਪੈਣੀ, ਡਾਈਟ ਵੀ ਪ੍ਰੋਪਰ ਫੋਲੋ ਕਰਨੀ ਪੈਣੀ, ਤਾਂ ਹੀ ਤੁਹਾਡੇ ਰਿਜ਼ਲਟਸ ਆਉਂਦੇ ਨੇ। ਇਸੇ ਕਰਕੇ ਲੋਕਾਂ ਦੇ ਰਿਜ਼ਲਟਸ ਨਹੀਂ ਆਉਂਦੇ। ਸਪਲੀਮੈਂਟ ਮੈਂ ਹਮੇਸ਼ਾ ਉਦੋਂ ਹੀ ਰਿਕਮੈਂਡ ਕਰਦਾ ਕਿਸੇ ਨੂੰ ਜਦੋਂ ਜੇ 8 ਵੀਕ ਦਾ ਪਲੈਨ ਆ ਟੋਟਲ, ਤਾਂ 3 ਵੀਕ ਦੇ ਵਿੱਚ ਜਾ ਕੇ ਰਿਜ਼ਲਟਸ ਘੱਟ ਰਹੇ ਆ ਜਾਂ ਰਿਜ਼ਲਟਸ ਵਧੀਆ ਆ ਰਿਹਾ, ਥੋੜ੍ਹਾ ਲੈਵਲ ਹੋਰ ਅਪ ਕਰਨਾ, ਉਦੋਂ ਹੀ ਮੈਂ ਸਪਲੀਮੈਂਟ ਐਡ ਕਰਨਾ। ਕੀ ਹੈ ਕਿ ਆਪਾਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਸਪਲੀਮੈਂਟ ਐਡ ਕਰ ਲੈਂਦੇ ਹਾਂ, ਆਪਣੀ ਬੋਡੀ ਯੂਜ਼ ਟੂ ਹੋ ਜਾਂਦੀ ਆ। ਫਿਰ ਤੋਂ ਜਦੋਂ ਤੁਸੀਂ 4th-5th ਵੀਕ 'ਚ ਆ ਰਹੇ, ਤੁਹਾਨੂੰ ਰਿਜ਼ਲਟਸ ਆਉਣੇ ਬੰਦ ਹੋ ਜਾਂਦੇ, ਆਪਾਂ ਸਪਲੀਮੈਂਟ ਦੀ ਡੋਜ਼ ਹੋਰ ਵਧਾ ਦਿੰਦੇ ਹਾਂ। ਫਿਰ ਫੋਰ ਐਗਜ਼ਾਮਪਲ ਜੇ ਆਪਾਂ ਫੈਟ ਬਰਨਰ ਦੀ ਗੱਲ ਕਰ ਲਈਏ, ਲੋਕ ਕੀ ਕਰਦੇ, 1 ਸਕੂਪ ਲੈ ਰਹੇ ਨੇ, ਮੁੜ ਕੇ 1.5 ਸਕੂਪ ਲੈਣਾ ਸ਼ੁਰੂ ਕਰ ਦਿੰਦੇ ਨੇ। ਕਿਸੇ ਵੀ ਸਪਲੀਮੈਂਟ ਦਾ ਹੱਲ ਵਧਾਉਣਾ ਨਹੀਂ ਹੈਗਾ, ਸਗੋਂ ਦੀ ਜੇ ਤੁਹਾਨੂੰ ਰਿਜ਼ਲਟਸ ਨਹੀਂ ਆ ਰਹੇ ਜਿੰਨੀ ਉਹਦੀ ਰੈਕਮੈਂਡੇਸ਼ਨ ਹੈਗੀ ਆ, ਤੁਸੀਂ ਉਹਨੂੰ ਬੰਦ ਕਰ ਦਿਓ ਹਫ਼ਤੇ ਵਾਸਤੇ, ਫਿਰ ਦੁਬਾਰਾ ਤੋਂ ਸਟਾਰਟ ਕਰੋ, ਤੁਹਾਨੂੰ ਰਿਜ਼ਲਟਸ ਆਉਣੇ ਸ਼ੁਰੂ ਹੋ ਜਾਣਗੇ। ਜਦੋਂ ਤੁਹਾਡੇ ਕੋਲ ਇੱਕ ਬਲੂ ਪ੍ਰਿੰਟ ਪੂਰਾ ਪ੍ਰੋਪਰ ਆ ਗਿਆ, ਤੁਹਾਡੇ ਕੋਲ ਐਕਸਰਸਾਈਜ਼ ਪਲਾਨ ਆ ਗਿਆ, ਡਾਈਟ ਪਲਾਨ ਆ ਗਿਆ, ਸਪਲੀਮੈਂਟਸ ਆ ਗਏ ਜਾਂ ਕਾਰਡੀਓ ਤੁਹਾਡਾ ਹੋ ਰਿਹਾ, ਤੁਹਾਨੂੰ ਰਿਜ਼ਲਟਸ ਆ ਰਹੇ ਨੇ, ਉਦੋਂ ਬਾਅਦ 'ਚ ਜਿਹੜੀ ਮੇਨ ਚੀਜ਼ ਹੈ ਮੋਟੀਵੇਸ਼ਨ। ਬਹੁਤ ਸਾਰੇ ਲੋਕ ਫੈਟ ਲੋਸ ਪ੍ਰੋਗਰਾਮ 'ਤੇ ਫੇਲ ਹੋ ਜਾਂਦੇ ਨੇ ਕਿਉਂਕਿ ਉਹ ਡੀਮੋਟੀਵੇਟ ਹੋ ਜਾਂਦੇ ਆ। ਕੀ ਹੈ ਕਿ ਆਪਾਂ ਰਿਜ਼ਲਟਸ ਬਹੁਤ ਜਲਦੀ ਐਕਸਪੈਕਟ ਕਰਦੇ ਆਪਣੀ ਬੋਡੀ ਤੋਂ, ਕਿਸੇ ਚੀਜ਼ ਨੂੰ ਘਟਾਉਣ ਵਾਸਤੇ ਟਾਈਮ ਲੱਗਦਾ। ਸੋ ਤੁਸੀਂ ਡੀਮੋਟੀਵੇਟ ਨਾ ਹੋਵੋ, ਆਪਦਾ ਜਿਹੜਾ ਤੁਹਾਡਾ ਗੋਲ ਆ ਤੁਸੀਂ ਉਹਨੂੰ ਫੋਲੋ ਕਰੋ। ਜੇ ਤੁਹਾਡਾ ਗੋਲ ਆ ਵੀ 3 ਮਹੀਨੇ ਰਵੇ ਤੁਸੀਂ ਇੱਕ ਫਿਜ਼ੀਕ ਪ੍ਰੋਪਰ ਬਣਾਉਣੀ ਹੈ, ਤਾਂ ਤੁਸੀਂ ਉਹਨੂੰ ਫੋਲੋ ਕਰੋ ਪ੍ਰੋਪਰਲੀ। ਲਾਸਟਲੀ ਤੁਹਾਨੂੰ ਮੇਨ ਚੀਜ਼ ਜ਼ਰੂਰੀ ਹੈਗੀ ਹੈ, ਉਹ ਚੀਜ਼ ਨਾਲ ਸਟਿੱਕ ਰਹਿਣਾ, ਜੋ ਵੀ ਤੁਹਾਡੇ ਕੋਲ ਲਿਖਿਆ ਹੋਇਆ ਵਾ ਜਾਂ ਤੁਹਾਡੇ ਕੋਲ ਪਲੈਨ ਆ, ਤੁਸੀਂ ਉਹਨੂੰ ਫੋਲੋ ਕਰਨਾ ਪ੍ਰੋਪਰਲੀ, 8 ਵੀਕਸ ਵਾਸਤੇ ਚਾਹੇ ਉਹ 12 ਵੀਕਸ ਵਾਸਤੇ, ਜਿੰਨਾ ਵੀ ਟਾਈਮ ਤੁਹਾਡੇ ਕੋਚ ਨੇ ਜਾਂ ਤੁਹਾਡੇ ਪਰਸਨਲ ਟ੍ਰੇਨਰ ਤੁਹਾਨੂੰ ਬਣਾ ਕੇ ਦਿੱਤਾ ਵਾ। ਜਦੋਂ ਤੁਸੀਂ ਉਹਨੂੰ ਫੋਲੋ ਕਰੋਗੇ ਪ੍ਰੋਪਰਲੀ, ਜਦੋਂ ਉਹਦਾ ਸਟਿੱਕ ਕਰੋਗੇ, ਤੁਹਾਨੂੰ ਰਿਜ਼ਲਟਸ ਆਉਣਗੇ ਹੀ ਆਉਣਗੇ। ਸੈਕੰਡਲੀ, ਜੇ ਤੁਹਾਨੂੰ ਰਿਜ਼ਲਟਸ ਨਹੀਂ ਆ ਰਹੇ, ਤੁਸੀਂ ਆਪਦੀ ਐਕਸਰਸਾਈਜ਼ ਨੂੰ ਵਧਾ ਸਕਦੇ ਹੋ ਵੀਕ ਬਾਈ ਵੀਕ। ਜੇ ਤੁਸੀਂ ਆਪਦੀ ਟ੍ਰੇਨਿੰਗ 1/2 ਘੰਟਾ ਕਰ ਰਹੇ ਹੋ, ਤੁਸੀਂ 5 ਮਿੰਟ ਵਧਾ ਸਕਦੇ ਹੋ। ਜੇ ਤੁਸੀਂ ਆਪਦੀ ਕਾਰਡੀਓ ਕਹਿ ਲਓ 15 ਮਿੰਟ ਕਰ ਰਹੇ ਹੋ, ਤੁਸੀਂ 20 ਮਿੰਟ ਕਰ ਸਕਦੇ ਹੋ, ਪਰ ਵੀਕ ਬਾਏ ਵੀਕ ਨੂੰ ਵਧਾਈ ਜਾਣਾ, ਉਹ ਤੋਂ ਪਿੱਛੇ ਨਹੀਂ ਆਉਣਾ, ਤਾਂ ਕਿ ਤੁਹਾਡੀ ਬੋਡੀ ਨੂੰ ਚੇਂਜ ਮਿਲਦਾ ਰਹੇ, ਤੁਹਾਡੀ ਬੋਡੀ ਨੂੰ ਸ਼ੌਕ ਮਿਲਦਾ ਰਹੇ। ਜਦੋਂ ਆਪਾਂ ਆਪਦੀ ਬੋਡੀ ਨੂੰ ਸ਼ੌਕ ਕਰਦੇ ਹਾਂ, ਉਦੋਂ ਹੀ ਰਿਜ਼ਲਟਸ ਆਉਂਦੇ ਨੇ। ਸੋ ਇਹ ਚੀਜ਼ ਨੂੰ ਜ਼ਰੂਰ ਯਾਰ ਫੋਲੋ ਕਰੋ। ਸੋ ਗਾਈਜ਼, ਇਹ ਸੀਗੀ ਅੱਜ ਦੀ ਵੀਡੀਓ, ਆਈ ਹੋਪ ਇਹ ਤੁਹਾਨੂੰ ਹੈਲਪ ਕਰੂਗੀ ਫੈਟ ਲੋਸ ਦੇ ਵਿੱਚ। ਕਿਸੇ ਵੀ ਤਰ੍ਹਾਂ ਦਾ ਕੁਐਸਚਨ ਹੁੰਦਾ ਯਾਰ, ਤੁਸੀਂ ਮੈਨੂੰ ਜਦੋਂ ਮਰਜ਼ੀ ਈਮੇਲ ਕਰ ਸਕਦੇ ਹੋ, ਤੁਸੀਂ ਮੇਰਾ ਫੇਸਬੁੱਕ ਪੇਜ ਵੀ ਫੋਲੋ ਕਰ ਸਕਦੇ ਹੋ, ਮੈਂ ਉੱਥੇ ਫੂਡ ਦੇ ਰਿਗਾਰਡਿੰਗ ਇਨਫੋਰਮੇਸ਼ਨ ਪਾਉਂਦਾ ਰਹਿਣਾ, ਤਾਂ ਕਿ ਆਪਾਂ ਨੂੰ ਪਤਾ ਲੱਗਦਾ ਰਹੇ ਆਪਾਂ ਕੀ ਖਾਂਦੇ ਹਾਂ ਅਤੇ ਕੀ ਨਹੀਂ। ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਚੈਨਲ, ਤੁਸੀਂ ਫਿਟ ਡਰਾਈਵ ਦਾ ਲੋਗੋ ਦੇਖ ਸਕਦੇ ਹੋ ਸਕਰੀਨ 'ਤੇ, ਕਲਿੱਕ ਕਰਕੇ ਸਬਸਕ੍ਰਾਈਬ ਕਰੋ, ਤਾਂ ਕਿ ਮੈਂ ਜਦੋਂ ਵੀ ਕੋਈ ਨਵੀਂ ਵੀਡੀਓ ਪਾਵਾਂ ਤੁਹਾਨੂੰ ਅਪਡੇਟ ਮਿਲਦਾ ਰਹੇ। ਸੋ ਮਿਲਦੇ ਹਾਂ ਜਲਦੀ ਅਗਲੀ ਵੀਡੀਓ ਨਾਲ। ਟ੍ਰੇਨ ਸਮਾਰਟਰ ਬਟ ਟ੍ਰੇਨ ਹਾਰਡਰ ਐਜ਼ ਵੈਲ। ਥੈਂਕ ਯੂ।